ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਚੌਥਾ। ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣਨ ਸੂਲੀਆ। ਜਿਹੜਾ ਉਮਰ ਥਲ ਪਾਠ ਹੈ ਨਾ, ਵਿੱਚ ਮਾੜੀ ਡੈਸ਼ ਦੇ ਕੇ ਬੋਲੋ, ਸੰਬੰਧਕ ਬੋਲੋਗੇ, ਪਾਠ ਇਕੱਠਾ ਹੀ ਹੈ। ਥੋੜਾ ਜਿਹਾ ਡੈਸ਼ ਦੇ ਕੇ ਨਖੇਰ ਕੇ ਪੜਾਂਗੇ, ਸ਼ੁੱਧ ਉਚਾਰਨ ਹੋਏਗਾ। ਉਮਰ ਥਲ, ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣਨ ਸੂਲੀਆ। ਹਰ ਜਾਣ ਸਹੀ ਬਿਰਹ ਤਿੰਨ ਵਿਟ ਸਾਜ ਘੁੰਮ ਘੋਲੀਆ। ਵਿਸਰਾਮ ਧਿਆਨ ਨਾਲ ਲਾਉਣਾ, ਯਾਦ ਰੱਖਣਾ। ਹਰ ਜਾਣ ਹੈ ਸੇਈ ਬਿਰਹ, ਇੱਥੇ ਵਿਸਰਾਮ ਹੈ। ਹੋ ਤਿੰਨ ਵਿਟ ਸਾਧ ਘੁੰਮ ਘੋਲੀਆ। ਹਰ ਮੇਲਹ ਸੱਜਣ ਪੁਰਖ ਮੇਰਾ ਸਿਰ ਤਿੰਨ ਵਿਟ ਤਲ ਰੋਲੀਆ। ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ। ਹਰ ਮੇਲਹ ਸੱਜਣ ਪੁਰਖ, ਇੱਥੇ ਵਿਸਰਾਮ ਲਾਉਣਾ ਹੈ। ਮੇਰਾ ਸਿਰ, ਇੱਥੇ ਵੀ ਥੋੜੀ ਠਮਕ ਲਾ ਦੇਣੀ ਹੈ। ਮੇਰਾ ਸਿਰ ਤਿੰਨ ਵਿਟ ਤਲ ਰੋਲੀਆ। ਜੋ ਸਿੱਖ ਗੁਰ ਕਾਰ ਕਮਾਵਹਿ ਹਉ ਗੁਲਮ ਤਿਨਾ ਕਾ ਗੋਲੀਆ। ਹਰ ਰੰਗ ਚਲੂਲਾ ਜੋ ਰਤੇ ਤਿੰਨ ਭਿੰਨੀ ਹਰ ਰੰਗ ਚੋਲੀਆ। ਹਾਂ, ਚੋਲੀਆ ਥੋੜਾ ਜਾ ਕੱਸ ਕੇ ਹੀ ਬੋਲ। ਕਰ ਕਿਰਪਾ ਨਾਨਕ ਮੇਲ ਗੁਰ ਪਹਿ। ਮੇਲ ਤੇ ਵਿਸਰਾਮ ਲਾ ਦੋ ਜੀ। ਕਰ ਕਿਰਪਾ ਨਾਨਕ ਮੇਲ, ਇੱਥੇ ਕਰ ਕਿਰਪਾ ਨਾਨਕ ਮੇਲ ਗੁਰ ਪਹਿ ਸਿਰ ਵੇਚਿਆ ਮੋਲੀਆ। ਗੁਰ ਪਹਿ ਸਿਰ ਵੇਚਿਆ ਮੋਲੀਆ। ਮਹੱਲਾ ਚੌਥਾ। ਔਗਣੀ ਭਰਿਆ ਸਰੀਰ ਹੈ ਕਿਉ ਸੰਤਹ ਨਿਰਮਲ ਹੋਏ। ਗੁਰਮੁਖ ਗੁਣ ਵਿਹਾਜੀ ਹੈ ਮਲ ਹਉਮੈ ਕੱਢੈ ਧੋਏ। ਮਲ ਹਉਮੈ ਕੱਢੈ ਧੋਏ। ਸੱਚ ਵਣੰਜਹਿ ਰੰਗ ਸਿਉ ਸੱਚ ਸੌਦਾ ਹੋਏ। ਟੋਟਾ ਮੂਲ ਨ ਆਵਈ। ਟੋਟਾ ਮੂਲ ਨ ਆਵਈ। ਲਾਹਾ ਹਰ ਭਾਵੈ ਸੋਏ। ਨਾਨਕ ਤਿੰਨ ਸੱਚ ਵਣੰਜਿਆ ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ। ਪੌੜੀ ਸਾਲਾਹੀ ਸੱਚ ਸਾਲਾਹਣਾ ਸੱਚ ਸੱਚਾ ਪੁਰਖ ਨਿਰਾਲੇ। ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਰਖਵਾਲੇ। ਸੱਚ ਸੱਚਾ ਜਿਨੀ ਅਰਾਧਿਆ ਸੇ ਜਾਇ ਰਲੇ ਸੱਚ ਨਾਲੇ। ਸੱਚ ਸੱਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ। ਉਹ ਆਲ ਪਤਾਲ ਮੋਹ ਬੋਲਦੇ ਜੋ ਪੀਤਾ ਮਦ ਮਤ ਵਾਲੇ। ਓਹ, ਇਸ ਨੂੰ ਉਹ ਨੀ ਕਹਿਣਾ, ਕੂੜਾ ਖੁੱਲੇ ਮੂੰਹ ਵਾਲਾ ਵਧਾ ਕੇ ਬੋਲਣਾ। ਓਹ, ਇੱਥੇ ਯਮਕ ਲਾ ਦੇਣੀ ਹੈ। ਆਲ ਪਤਾਲ, ਇਹ ਸੰਬੰਧਕ ਪਾਠ ਹੈ, ਯਾਨੀ ਇਹਦਾ ਅਰਥ ਹੈ ਊਟ ਪਤਾਂਗ। ਓਹ ਆਲ ਪਤਾਲ ਮੂਹ ਬੋਲਦੇ, ਇੱਥੇ ਵਿਸਰਾਮ, ਜੋ ਪੀਤਾ ਮਦ ਮਤ ਵਾਲੇ। ਸਲੋਕ ਮਹੱਲਾ ਤੀਜਾ। ਗੌੜੀ ਰਾਗ ਸੁਲੱਖਣੀ। ਗੌੜੀ ਰਾਗ ਸੁਲੱਖਣੀ। ਜੇ ਖਸਮੈ ਚਿੱਤ ਕਰੇ ਭਾਣੈ ਚੱਲੈ ਸਤਿਗੁਰੂ ਕੈ। ਐਸਾ ਸਿੰਗਾਰ ਕਰੇ ਸੱਚਾ ਸ਼ਬਦ ਪਧਾਰ ਹੈ। ਪਧਾਰ ਨੀ ਕਹਿਣਾ, ਧੱਦਾ ਨੀ ਹੈ, ਤੱਤੇ ਦਾ ਉਚਾਰਨ ਕਰਨਾ। ਸੱਚਾ ਸ਼ਬਦ ਪਾਤਾਰ ਹੈ। ਸੱਚਾ ਸ਼ਬਦ ਪਾਤਾਰ ਹੈ ਸਦਾ ਸਦਾ ਰਾਵੇ
ਜੋ ਉਬਲੀ ਮਜੀਠੈ ਰੰਗ ਗਹਿ ਗਹਾ ਤਿਉ ਸੱਚੇ ਨੋ ਜੀਉ ਦੇ। ਹਾਂ, ਜਿਉ ਉਬਲੀ ਮਜੀਠੈ ਰੰਗ ਗਹਿ ਗਹਾ ਤਿਉ ਸੱਚੇ ਨੋ ਜੀਉ ਦੇ। ਰੰਗ ਚੁਲੂਲੈ ਅਤ ਰੱਤੀ ਸੱਚੇ ਸਿਉ ਲੱਗਾ ਨੇਹ ਕੂੜ ਠੱਗੀ ਗੁੱਜੀ ਨਾ ਰਹਿ। ਕੂੜ ਠੱਗੀ ਗੁੱਜੀ ਨਾ ਰਹਿ। ਕੂੜ ਮੁਲੰਮਾ ਪਲੇਟ ਤਰੇ ਕੂੜੀ ਕਰਨ ਵਡਾਈਆ ਕੂੜੇ ਸਿਉ ਲੱਗਾ ਨੇਹ ਨਾਨਕ ਸੱਚਾ ਆਪ ਹੈ। ਨਾਨਕ ਸੱਚਾ ਆਪ ਹੈ। ਆਪੇ ਨਦਰ ਕਰੇ ਮਹੱਲਾ ਚੌਥਾ ਸਤ ਸੰਗਤ ਮਹਿ ਹਰ ਉਸਤਤ ਹੈ। ਮਹਿ ਨੀ ਕਹਿਣਾ, ਮੈਂ ਬੋਲ ਦਿੱਤਾ, ਹੈ ਬੋਲ ਦਿੱਤਾ ਤਾਂ ਦਲਾਵਾਂ ਲੱਗ ਗਈਆਂ। ਮਹਿ ਸ਼ਬਦ ਉਚਾਰਨ ਕਰਨਾ, ਸਤ ਸੰਗਤ ਮਹਿ ਹਰ ਉਸਤਤ ਹੈ। ਸਤ ਸੰਗਤ ਮਹਿ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਓ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰ ਹੈ। ਓਏ ਪੁਰਖ ਪ੍ਰਾਣੀ ਧਨ ਜਾਨ ਹੈ ਉਪਦੇਸ਼ ਕਰ ਹੈ ਪਰ ਉਪਕਾਰਿਆ। ਓਏ ਪੁਰਖ ਪ੍ਰਾਣੀ ਧਨ ਜਾਨ ਹੈ ਉਪਦੇਸ਼ ਕਰ ਹੈ ਪਰ ਉਪਕਾਰਿਆ। ਹਰ ਨਾਮ ਦ੍ਰਿੜਾਵ ਹੈ ਹਰ ਨਾਮ ਸੁਣਾਵ ਹੈ ਹਰ ਨਾਮੇ ਜਗ ਨਿਸਤਾਰਿਆ। ਗੁਰ ਵੇਖਣ ਕਉ ਸਭ ਕੋਈ ਲੋਚੈ ਨਵ ਖੰਡ ਜਗਤ ਨਮਸਕਾਰਿਆ ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ ਗੁਰ ਆਪੇ ਤੁਧ ਸਵਾਰਿਆ। ਵਿਸਰਾਮ ਧਿਆਨ ਨਾਲ ਲਾਉਣਾ, ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ, ਇੱਥੇ ਵਿਸਰਾਮ, ਗੁਰ ਆਪੇ ਤੁਧ ਸਵਾਰਿਆ। ਤੂੰ ਆਪੇ ਪੂਜ ਹੈ ਪੂਜ ਕਰਾਵ ਹੈ ਸਤਿਗੁਰ ਕਉ ਸਿਰਜਣ ਹਾਰਿਆ। ਕੋਈ ਵਿਛੜ ਜਾਏ ਸਤਿਗੁਰੂ ਪਾਸੋ ਤਿਸ ਕਾਲਾ ਮੋਹ ਜਮ ਮਾਰਿਆ। ਮੋਹ ਨੀ ਕਹਿਣਾ, ਮੋਹ ਦਾ ਅਰਥ ਵੀ ਹੋਰ ਹੋ ਜਾਏਗਾ, ਇਹ ਹੈ ਮੋਹ ਤਿਸ ਕਾਲਾ ਮੋਹ। ਮੋਹ ਦਾ ਅਰਥ ਹੈ ਮੁੱਖ ਤੇ ਮੋਹ ਦਾ ਅਰਥ ਹੈ ਇੱਕ ਵਿਕਾਰਾਂ ਦੇ ਵਿੱਚੋਂ ਮੋਹ ਵਿਕਾਰ ਹੈ। ਕੋਈ ਵਿਛੜ ਜਾਏ ਸਤਿਗੁਰੂ ਪਾਸੋ ਤਿਸ ਕਾਲਾ ਮੋਹ ਜਮ ਮਾਰਿਆ। ਤਿਸ ਅੱਗੇ ਪਿੱਛੇ ਢੋਈ ਨਾਹੀ ਗੁਰਸਿੱਖੀ ਮਨ ਵਿਚਾਰਿਆ। ਸਤਿਗੁਰੂ ਨੋ ਮਿਲੇ ਸਹੀ ਜਨ ਉਬਰੇ ਜਿਨ ਹਿਰਦੈ ਨਾਮ ਸਮਾਰਿਆ। ਜਨ ਨਾਨਕ ਕੇ ਗੁਰਸਿੱਖ ਪੁੱਤ ਹੋ ਹਰ ਜਪਿਓ ਹਰ ਨਿਸਤਾਰਿਆ। ਆਮ ਪੁੱਤੋ ਹੀ ਕਹਿ ਜਾਂਦੇ ਹਨ, ਪੁੱਤੋ ਨੀ ਕਹਿਣਾ, ਪੁੱਤ ਇਹਦੇ ਵਿੱਚ ਡੈਸ਼ ਦੇ ਦੇਣੀ ਹੈ, ਪੁੱਤ ਹੋ ਇਸ ਤਰ੍ਹਾਂ ਬੋਲਣਾ, ਪਾਠ ਇਕੱਠਾ ਹੀ ਹੈ, ਯਾਨੀ ਵਿੱਚ ਇੱਕ ਡੈਸ਼ ਜੀ ਦੇ ਕੇ ਬੋਲਣਾ। ਜਨ ਨਾਨਕ ਕੇ ਗੁਰਸਿੱਖ ਪੁੱਤ ਹੋ ਹਰ ਜਪਿਓ ਹਰ ਨਿਸਤਾਰਿਆ। ਮਹੱਲਾ ਤੀਜਾ ਹਉ ਮੈਂ ਜਗਤ ਭੁਲਾਇਆ ਦੁਰਮਤ ਵਿਖਿਆ ਵਿਕਾਰ ਸਤਿਗੁਰ ਮਿਲੈ ਤਾਂ ਨਦਰ ਹੋਇ ਮਨਮੁਖ ਅੰਧ ਅੰਧਿਆਰ। ਨਾਨਕ ਆਪੇ ਮੇਲ ਲਏ ਜਿਸਨੋ ਸ਼ਬਦ ਲਾਏ ਪਿਆਰ ਪੌੜੀ ਸੱਚ ਸੱਚੇ ਕੀ ਸਿਫਤ ਸਲਾਹ ਹੈ ਸੋ ਕਰੇ ਜਿਸ ਅੰਦਰ ਭਿੱਜੈ ਜਿਨੀ ਇੱਕ ਮਨ ਇੱਕ ਅਰਾਧਿਆ
ਤਿੰਨ ਕਾ ਕੰਧ ਨਕਬਹੂ ਛਿੱਜੈ ਧਨ ਧਨ ਛਿੱਜਾ ਨੀ ਭਾਰਾ ਬੋਲਣਾ ਛਿੱਜੈ ਭਿੱਜੈ ਜੈ ਨੀ ਬੋਲਣਾ ਜੱਜਾ ਹੀ ਬੋਲਣਾ ਹੈ ਭਿੱਜੈ ਛਿੱਜੈ ਜਿਨੇ ਇੱਕ ਮਨ ਇੱਕ ਅਰਾਧਿਆ ਤਿੰਨ ਕਾ ਕੰਧ ਨਕਬਹੂ ਛਿੱਜੈ ਕੰਧ ਨੀ ਕਹਿਣਾ ਕੰਧ ਦਾ ਤਾਂ ਕੰਧ ਮੂਲ ਚੁਣ ਖਾ ਹੇ ਵਨ ਖੰਡ ਵਾਸਾ ਇਹ ਕੰਧ ਹੈਂਜੀ ਕੰਧ ਧੱਦੇ ਨਾਲ ਉਚਾਰਨ ਕਰਨਾ ਕੰਧ ਦਾ ਅਰਥ ਹੈ ਸਰੀਰ ਜਿਨੀ ਇੱਕ ਮਨ ਇੱਕ ਅਰਾਧਿਆ ਤਿੰਨ ਕਾ ਕੰਧ ਨਕਬਹੂ ਛਿੱਜੈ ਧਨ ਧਨ ਪੁਰਖ ਸਾ ਬਾਸ ਹੈ ਜਿਨ ਸੱਚ ਰਸਨਾ ਅੰਮ੍ਰਿਤ ਪਿੱਜੈ ਸੱਚ ਸੱਚਾ ਜਿਨ ਮਨ ਭਾਵਦਾ ਸੇ ਮਨ ਸੱਚੀ ਦਰਗ ਹੈ ਲਿੱਜੈ ਧਨ ਧਨ ਜਨਮ ਸਚਿਆਰੀਆ ਮੁਖ ਉਜਲ ਸੱਚ ਕਰਿੱਜੈ ਸਲੋਕ ਮਹੱਲਾ ਚੌਥਾ ਸਾਕਤ ਜਾਇ ਨਿਵਹਿ ਗੁਰ ਆਗੈ ਮਨ ਖੋਟੇ ਕੂੜ ਕੂੜਿਆਰੇ ਜਾ ਗੁਰ ਕਹੈ ਉੱਠੋ ਮੇਰੇ ਭਾਈ ਬਹਿ ਜਾਏ ਘੁਸਰ ਬਗੁਲਾਰੇ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਜਾ ਗੁਰ ਕਹੈ ਉੱਠੋ ਮੇਰੇ ਭਾਈ ਇੱਥੇ ਵਿਸਰਾਮ ਹੈ ਬਹਿ ਜਾਏ ਘੁਸਰ ਇੱਥੇ ਠਮਕ ਬਗੁਲਾਰੇ ਗੁਰਸਿੱਖਾ ਅੰਦਰ ਸਤਿਗੁਰ ਵਰਤੈ ਚੋਣ ਕੱਢੈ ਲੱਦੋ ਵਾਰੇ ਕੋਇ ਅੱਗੇ ਪਿੱਛੇ ਬਹਿ ਮੂੰਹ ਛਪਾਇਨ ਨਾ ਰਲਨੀ ਖੋਟਿਆਰੇ ਉਹਨਾਂ ਦਾ ਪੱਖ ਸੋ ਉਥੈ ਨਾਹੀ ਜਾਏ ਕੂੜ ਲਹਿਣ ਭੇਡਾਰੇ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਉਹਨਾਂ ਦਾ ਪੱਖ ਸੋ ਉਥੈ ਨਾਹੀ ਇੱਥੇ ਵਿਸਰਾਮ ਲਾਉਣਾ ਹੈ ਜਾਏ ਕੂੜ ਲਹਿਣ ਇੱਥੇ ਠਮਕ ਹੈ ਭੇਡਾਰੇ ਹਾਂਜੀ ਜਾਏ ਕੂੜ ਲਹਿਣ ਇੱਥੇ ਠਮਕ ਲਾ ਦੇਣੀ ਹੈ ਭਿਡਾਰੇ ਇਕੱਠਾ ਪਾਠ ਹੈ ਜੇ ਸਾਕਤ ਨਰਖਾਵਾਈਐ ਲੁਚੀਐ ਬੇਖ ਕੱਢੈ ਮੁੱਖ ਉਗਲਾਰੇ ਬੇਖ ਕੱਢੈ ਮੁੱਖ ਉਗਲਾਰੇ ਥੋੜਾ ਜਿਹਾ ਕਸਕੇ ਬੋਲਣਾ ਹੈ ਹਰ ਸਾਕਤ ਸੇਤੀ ਸੰਗ ਨਾ ਕਰੀ ਆਹੋ ਹਰ ਪਾਤੇ ਯਮਕ ਲਾ ਦੇਣੀ ਹੈ ਹਰ ਸਾਕਤ ਸੇਤੀ ਸੰਗ ਨਾ ਕਰੀ ਆਹੋ ਓਏ ਮਾਰੇ ਸਿਰਜਣ ਹਾਰੇ ਜਿਸ ਕਾ ਇਹੋ ਖੇਲ ਸੋਈ ਕਰ ਵੇਖੈ ਜਾਨ ਨਾਨਕ ਨਾਮ ਸਮਾਰੇ ਮਹੱਲਾ ਚੌਥਾ ਸਤਿਗੁਰ ਪੁਰਖ ਅਗੰਮ ਹੈ ਜਿਸ ਅੰਦਰ ਹਰ ਉਰ ਧਾਰਿਆ ਸਤਿਗੁਰੂ ਨੂੰ ਅੱਪੜ ਕੋਈ ਨਾ ਸਕਈ ਜਿਸ ਵੱਲ ਸਿਰਜਣ ਹਾਰਿਆ ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ ਜੇਤ ਕਾਲ ਕੰਟਕ ਮਾਰ ਵਿਡਾਰਿਆ ਸਤਿਗੁਰੂ ਕਾ ਰੱਖਣ ਹਾਰਾ ਹਰ ਆਪ ਹੈ ਸਤਿਗੁਰੂ ਕੈ ਪਿੱਛੇ ਹਾਰ ਸਭ ਉਵਾਰਿਆ ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ ਸੋ ਆਪ ਉਪਾਵਣ ਹਾਰੈ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੇ ਕੀ ਜਨ ਨਾਨਕ ਅਗਮ ਵਿਚਾਰਿਆ ਪੌੜੀ ਸੱਚ ਸੁਤਿਆ ਜਿਨੀ ਅਰਾਧਿਆ ਜਾ ਉੱਠੇ ਤਾਂ ਸੱਚ ਚਵੇ
ਸੇ ਵਿਰਲੇ ਜੁਗ ਮਹਿ ਜਾਣੀਐ ਹੈ ਜੋ ਗੁਰਮੁਖ ਸੱਚ ਰਵੇ। ਹਉ ਬਲਿਹਾਰੀ ਤਿਨ ਕਉ ਜੇ ਅਨ ਦਿਨ ਸੱਚ ਲਵੇ। ਜੇਨ ਮਨ ਤਨ ਸੱਚਾ ਭਾਵਦਾ ਸੇ ਸੱਚੀ ਦਰਗਹ ਗਵੇ। ਜਨ ਨਾਨਕ ਬੋਲੈ ਸੱਚ ਨਾਮ ਸੱਚ ਸੱਚਾ ਸਦਾ ਨਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।